ਹਾਂਜੀ ਸਟੂਡੈਂਟਸ, ਵੈਲਕਮ ਕਰਦੇ ਹਾਂ ਤੁਹਾਡਾ ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਸੱਦਾ ਪੱਤਰ ਕਰਾਂਗੇ। ਸੱਦਾ ਪੱਤਰ ਹੁੰਦਾ ਕੀ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਇਹਦਾ ਮੀਨਿੰਗ ਦੱਸੂੰਗੀ, ਕਿਉਂਕਿ ਸ਼ੋਰਟ ਕੁਸ਼ਚਨਸ ਵੈਰੀ ਸ਼ੋਰਟ 'ਚ ਕਈ ਵਾਰ ਓਬਜੈਕਟਿਵ ਟਾਈਪ ਕੁਸ਼ਚਨਾਂ ਦੇ ਵਿੱਚ ਕੁਸ਼ਚਨ ਆ ਜਾਣਾ ਹੁੰਦਾ, ਫਿਰ ਆਪਾਂ ਕਰਾਂਗੇ ਜਿਹੜੇ ਤੁਹਾਡੇ ਸਿਲੇਬਸ ਦੇ ਵਿੱਚ ਸੱਦਾ ਪੱਤਰ ਹੈਗੇ ਨੇ। ਹਾਂਜੀ, ਸੱਦਾ ਪੱਤਰ ਕੀ ਹੁੰਦਾ? ਖੁਸ਼ੀ, ਗਮੀ ਜਾਂ ਕਿਸੇ ਵੀ ਹੋਰ ਸਮਾਗਮ 'ਤੇ ਆਪਾਂ ਜਿਹੜਾ ਕਿਸੇ ਨੂੰ ਬੁਲਾਵਾ ਦਿੰਦੇ ਹਾਂ ਰਿਟਰਨ ਦੇ ਵਿੱਚ, ਉਹ ਹੋ ਗਿਆ ਸੱਦਾ ਪੱਤਰ। ਹਾਂਜੀ, ਸੱਦਾ ਪੱਤਰ ਦੋ ਸ਼ਬਦਾਂ ਦਾ ਸਮਾਸ ਹੈ, ਸੱਦਾ ਪਲੱਸ ਪੱਤਰ। ਤਾਂ ਅਰਥ ਬਿਲਕੁਲ ਸਪੱਸ਼ਟ ਹੈ ਕਿ ਉਹ ਪੱਤਰ ਜਿਸ ਰਾਹੀਂ ਸੱਦਾ ਦਿੱਤਾ ਜਾਵੇ, ਭਾਵ ਕਿ ਕਿਸੇ ਨੂੰ ਬੁਲਾਇਆ ਜਾਵੇ। ਠੀਕ ਹੈ, ਸੱਦਾ ਦੇਣਾ ਦੇਣ ਦਾ ਹੀ ਇੱਕ ਤਰੀਕਾ ਹੈ। ਪਹਿਲਾਂ ਬੁਲਾਵਾ ਜਿਹੜਾ ਆਪਾਂ ਹੁਣ ਰਿਟਰਨ ਦੇ ਵਿੱਚ ਦਿੰਦੇ ਹਾਂ, ਪਹਿਲਾਂ ਇਹ ਬੁਲਾਵਾ ਜਾਂ ਸੱਦਾ ਜ਼ਬਾਨੀ ਕਿਸੇ ਦੇ ਹੱਥ ਭੇਜ ਦਿੱਤਾ ਜਾਂਦਾ ਸੀ, ਜਾਂ ਪਹਿਲੇ ਜ਼ਮਾਨੇ ਦੇ ਵਿੱਚ ਭਾਵ ਕਿ ਗੰਢ ਬੰਨ੍ਹ ਕੇ ਗੱਠ ਬੰਨ੍ਹ ਕੇ ਭੇਜ ਦਿੱਤੀ ਜਾਂਦੀ ਸੀ, ਉਹ ਵੀ ਇੱਕ ਰੂਪ ਚੱਲਿਆ ਸੀ ਕੋਈ ਵੀ ਸੁਨੇਹਾ ਭੇਜਣ ਦਾ। ਫਿਰ ਪੱਤਰ ਲਿਖ ਕੇ ਖੁਸ਼ੀ ਗਮੀ ਨਾਲ ਸੰਬੰਧਿਤ ਸਮਾਗਮਾਂ 'ਤੇ ਬੁਲਾਵਾ ਭੇਜਿਆ ਜਾਣ ਲੱਗਿਆ, ਅਤੇ ਹੁਣ ਸੱਦੇ ਆਮ ਤੌਰ 'ਤੇ ਕਾਰਡਾਂ ਉੱਤੇ ਛਪਵਾ ਕੇ ਭੇਜੇ ਜਾਂਦੇ ਨੇ। ਪੱਤਰ ਦੇ ਰੂਪ ਦੇ ਵਿੱਚ ਸੱਦਾ ਦੇਣ ਦੇ ਪਿੱਛੋਂ ਇਹ ਪਿੱਛੇ ਇਹ ਮਨੌਤ ਕੰਮ ਕਰਦੀ ਹੈ ਕਿ ਸੱਦਾ ਦੇਣ ਵਾਲਾ ਅਤੇ ਪ੍ਰਾਪਤ ਕਰਨ ਵਾਲਾ ਦੋਵੇਂ ਪੜ੍ਹਨਾ ਲਿਖਣਾ ਜਾਣਦੇ ਨੇ, ਅਤੇ ਅੱਜ ਕੱਲ੍ਹ ਸੱਦਾ ਪੱਤਰ ਭੇਜਣ ਦਾ ਵੱਧ ਰਿਹਾ ਰੁਝਾਨ ਇੱਕ ਤਰ੍ਹਾਂ ਪੜ੍ਹੇ ਲਿਖਿਆਂ ਦੇ ਵਿੱਚ ਹੋ ਰਿਹਾ ਵਾਧੇ ਦਾ ਸੂਚਕ ਹੈ। ਅਤੇ ਇੱਕ ਵਾਰੀ ਰਿਵਾਜ਼ ਤੁਰ ਪਵੇ ਤਾਂ ਉਸੇ ਰਿਵਾਜ਼ ਨੂੰ ਜਿਹੜੇ ਕਿ ਅਪਣਾਉਣ ਦੇ ਵਿੱਚ ਸੌਖ ਹੋ ਜਾਂਦੀ ਹੈ, ਅਤੇ ਇਹਦੇ ਵਿੱਚ ਸ਼ਾਨ ਵੀ ਸਮਝੀ ਜਾਂਦੀ ਹੈ ਅਤੇ ਰਿਵਾਜ਼ ਵੀ ਬਣ ਜਾਂਦਾ ਅਤੇ ਫੈਸ਼ਨ ਵੀ ਬਣ ਜਾਂਦਾ। ਸੱਦਾ ਪੱਤਰ ਭਾਵ ਕਿ ਛਪੇ ਪੱਤਰਾਂ ਰਾਹੀਂ ਸੱਦਾ ਭੇਜਣ ਦਾ ਇੱਕ ਰਿਵਾਜ਼ ਪਹਿਲਾਂ ਸ਼ਹਿਰਾਂ ਵਿੱਚ ਸੀ ਅਤੇ ਹੁਣ ਇਹ ਪਿੰਡਾਂ ਵਿੱਚ ਵੀ ਪਹੁੰਚ ਗਿਆ ਹੈ। ਅਤੇ ਇਹਦੇ ਨਾਲ ਸੱਦਾ ਪੱਤਰ ਜਦੋਂ ਭੇਜਿਆ ਜਾਂਦਾ ਤਾਂ ਭੁੱਲਣ ਦੀ ਗੁੰਜਾਇਸ਼ ਨਹੀਂ ਹੁੰਦੀ, ਨਾ ਹੀ ਭੇਜਣ ਵਾਲੇ ਨੂੰ ਅਤੇ ਨਾ ਹੀ ਜਿਸਦੇ ਕੋਲ ਬੁਲਾਵਾ ਗਿਆ ਕਿ ਉਹ ਭੁੱਲਦਾ ਕਿ ਉਹਨੂੰ ਕਿਸ ਨੇ ਇਨਵਾਈਟ ਕੀਤਾ। ਠੀਕ ਹੈ, ਅਤੇ ਇਹ ਹੋ ਗਏ ਸੱਦਾ ਪੱਤਰ ਦਾ ਮੀਨਿੰਗ। ਹੁਣ ਸੱਦਾ ਪੱਤਰ ਭੇਜਣ ਲਈ ਕਿਹੜੇ ਕਿਹੜੇ ਦੇ ਅੰਗ ਹੁੰਦੇ ਨੇ? ਇੱਕ ਤਾਂ ਸੱਦਾ ਪੱਤਰ ਭੇਜਣ ਵਾਲੇ ਦਾ ਨਾਂ ਹੁੰਦਾ ਅਤੇ ਉਹਦਾ ਪਤਾ ਹੁੰਦਾ, ਅਤੇ ਜਿਸ ਨੂੰ ਭੇਜਿਆ ਜਾ ਰਿਹਾ ਉਹਦਾ ਵੀ ਲਿਫਾਫੇ ਦੇ ਉੱਪਰ ਨਾਮ ਲਿਖਿਆ ਜਾਂਦਾ। ਠੀਕ ਹੈ, ਅਤੇ ਉਹਦਾ ਐਡਰੈਸ ਲਿਖਿਆ ਜਾਂਦਾ। ਖੁਸ਼ੀ ਜਾਂ ਗਮੀ ਦੀ ਘਟਨਾ ਜਾਂ ਸਮਾਗਮ ਦੇ ਸੰਬੰਧ ਵਿੱਚ ਇਹਦੇ ਵਿੱਚ ਸੂਚਨਾ ਲਿਖੀ ਜਾਂਦੀ ਆ। ਪ੍ਰੋਗਰਾਮ ਦਾ ਵੇਰਵਾ ਦਿੱਤਾ ਜਾਂਦਾ, ਸਥਾਨ, ਮਿਤੀ, ਸਮਾਂ ਸਾਰਾ ਕੁਝ ਪਹੁੰਚਣ ਦੀ ਇਹਦੇ ਵਿੱਚ ਲਿਖਿਆ ਜਾਂਦਾ, ਅਤੇ ਸਮਾਗਮ ਦੀ ਵਿਸ਼ੇਸ਼ ਖਿੱਚ ਵੀ ਕਿੱਥੇ ਹੋਣਾ ਕੀ ਇਹਦੇ ਵਿੱਚ ਖਾਸੀਅਤ ਉਹ ਵੀ ਦੱਸੀ ਜਾਂਦੀ ਆ। ਭਾਵਨਾ ਪ੍ਰਗਟਾਉਂਦੇ ਸ਼ਬਦ ਵੀ ਦੱਸੇ ਜਾਂਦੇ ਨੇ, ਜਿਵੇਂ ਅੱਜ ਕੱਲ੍ਹ ਮੈਰਿਜ ਦੇ ਵਿੱਚ ਹੁੰਦਾ ਕਿ ਵੀ ਚਾਚੂ ਕੀ ਸ਼ਾਦੀ ਮੈਂ ਜ਼ਰੂਰ ਜ਼ਰੂਰ ਨਾ, ਐਵੇਂ ਕੁਛ ਵੀ ਠੀਕ ਹੈ, ਭਾਵਨਾ ਪ੍ਰਗਟ ਕੀਤੇ ਸ਼ਬਦ ਵੀ ਹੁੰਦੇ ਨੇ। ਠੀਕ ਹੈ, ਅਤੇ ਵੱਲੋਂ ਵਾਲੇ ਕਿੱਥੇ ਵੀ ਸਾਰੇ ਦੇ ਵਿੱਚ ਵੇਰਵਾ ਹੁੰਦਾ, ਅਤੇ ਜਿਵੇਂ ਮੈਰਿਜ ਵਾਲੇ ਹੁੰਦੇ ਨੇ ਇਹਦੇ ਵਿੱਚ ਸੱਭੇ ਕਾਜ ਸੁਹੇਲੜੇ ਥੀਏ ਗੁਰੂ ਨਾਨਕ ਸਤਿਗੁਰ ਤੂਠਾ। ਠੀਕ ਹੈ, ਜਾਂ ਇੱਕ ਓਂਕਾਰ ਉੱਪਰ ਵੀ ਹੈ, ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸ ਕੀਆ ਵਿਚਾਰਾ ਰਾਮ, ਓਮ ਸ਼ੁਭ ਵਿਵਾਹ। ਠੀਕ ਹੈ, ਜਾਂ ਇਸ ਤੋਂ ਇਲਾਵਾ ਜਿਹੜੇ ਕਿ ਗਮੀ ਵਾਲੇ ਸੱਦਾ ਪੱਤਰ ਹੁੰਦੇ ਨੇ ਇਹਦੇ ਵਿੱਚ ਪ੍ਰਲੋਕ ਸੁਧਾਰ ਗਏ, ਜਾਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ, ਜਾਂ ਕੂਚ ਕਰ ਗਏ ਹਨ, ਚੜ੍ਹਾਈ ਕਰ ਗਏ ਹਨ, ਸੁਰਗਵਾਸ ਹੋ ਗਏ ਹਨ, ਸਦੀਵੀ ਵਿਛੋੜਾ ਦੇ ਗਏ ਹਨ, ਪੂਰੇ ਹੋ ਗਏ ਹਨ ਆਦਿ। ਠੀਕ ਹੈ, ਅਤੇ ਹੁਣ ਜਿਹੜੇ ਤੁਹਾਡੇ ਸਿਲੇਬਸ ਦੇ ਵਿੱਚ ਨੇ ਸੱਦਾ ਪੱਤਰ, ਇੱਕ ਤਾਂ ਵਿਆਹ ਲਈ ਹੈ, ਅਤੇ ਇੱਕ ਧੀ ਦਾ ਜਨਮਦਿਨ ਮਨਾਉਣ ਦੇ ਲਈ, ਇੱਕ ਬੇਟੀ ਦੀ ਲੋਹੜੀ ਦਾ ਸੱਦਾ। ਅਤੇ ਸਟੂਡੈਂਟਸ ਜਿਹੜੇ ਸੱਦਾ ਪੱਤਰ ਨੇ, ਤੁਸੀਂ ਇਹਨਾਂ ਦੇ ਵਿੱਚ ਆਪਣੇ ਵੱਲੋਂ ਕੋਈ ਵੀ ਨੇਮ ਲਿਖ ਸਕਦੇ ਹੋ, ਜਿਹੜੇ ਇੱਥੇ ਨਾਮ ਦਿੱਤੇ ਹੋਏ ਨੇ ਤੁਸੀਂ ਆਪਣੇ ਵੱਲੋਂ ਜਿਹੜਾ ਤੁਹਾਨੂੰ ਨਾਮ ਵਧੀਆ ਲੱਗਦਾ ਤੁਸੀਂ ਉਹ ਲਿਖ ਸਕਦੇ ਹੋ। ਅਤੇ ਸਮਾਗਮ ਜਿਹੜਾ ਕਿ ਕਿੰਨੇ ਵਜੇ ਟਾਈਮਿੰਗ ਵੀ ਤੁਸੀਂ ਆਪਣੇ ਵੱਲੋਂ ਦੱਸ ਸਕਦੇ ਹੋ। ਠੀਕ ਹੈ, ਡੇਟ ਵੀ ਤੁਸੀਂ ਆਪਣੇ ਵੱਲੋਂ ਜਿਹੜੀ ਮਰਜ਼ੀ ਲਿਖ ਸਕਦੇ ਹੋ। ਓਕੇ, ਅਤੇ ਹਾਂਜੀ, ਜਿਵੇਂ ਵਿਆਹ ਲਈ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ।
ਸਰਦਾਰਨੀ ਅਤੇ ਸਰਦਾਰ ਦੀਦਾਰ ਨੇਮ ਤੁਸੀਂ ਜਿਹੜਾ ਮਰਜ਼ੀ ਲਿਖ ਸਕਦੇ ਹੋ ਅਤੇ ਜਿਵੇਂ ਸਰਦਾਰਨੀ ਅਤੇ ਸਰਦਾਰ ਠੀਕ ਹੈ ਸਰਦਾਰਨੀ ਤੋਂ ਸ਼ੁਰੂ ਕਰਨਾ ਪਹਿਲਾਂ ਸਰਦਾਰਨੀ ਲਿਖਣਾ ਸਰਦਾਰਨੀ ਅਤੇ ਸਰਦਾਰ ਦੀਦਾਰ ਸਿੰਘ ਜਿਹੜਾ ਮਰਜ਼ੀ ਨੇਮ ਲਿਖੋ ਅੱਗੇ ਗੋਤ ਲਿਖਿਆ ਹੋਇਆ ਜੋ ਮਰਜ਼ੀ ਤੁਸੀਂ ਗੋਤ ਲਿਖੋ ਜਿਵੇਂ ਇੱਥੇ ਕਰਵਾਸੜਾ ਪਾਇਆ ਹੋਇਆ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਨ ਕਿ ਉਹਨਾਂ ਦੇ ਪੁੱਤਰ ਕਾਕਾ ਮਨਦੀਪ ਸਿੰਘ ਜਿਹੜਾ ਮਰਜ਼ੀ ਨਾਮ ਲਿਖੋ ਤੁਸੀਂ ਦਾ ਸ਼ੁਭ ਵਿਆਹ ਠੀਕ ਹੈ ਬੀਬੀ ਕੁਲਵਿੰਦਰ ਕੌਰ ਜਿਹੜਾ ਮਰਜ਼ੀ ਨਾਮ ਲਿਖੋ ਤੁਸੀਂ ਸਪੁੱਤਰੀ ਸਰਦਾਰ ਭੋਲਾ ਸਿੰਘ ਵਾਸੀ ਤਲਵੰਡੀ ਸਾਬੋ ਬਠਿੰਡਾ ਨਾਲ ਨਿਯਤ ਹੋਇਆ ਹੈ ਭਾਵ ਕਿ ਨਿਸ਼ਚਿਤ ਹੋਇਆ ਹੈ ਸੋ ਆਪ ਜੀ ਨੇ ਇਸ ਖੁਸ਼ੀਆਂ ਭਰੇ ਮੌਕੇ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਵਕਤ ਭਾਵ ਕਿ ਸਮਾਂ ਕੱਢ ਕੇ ਸਾਡੇ ਗ੍ਰਹਿ ਸਥਾਨ ਭਾਵ ਕਿ ਸਾਡੇ ਪਿੰਡ ਠੀਕ ਹੈ ਕਿਹੜਾ ਕਿੱਥੇ ਇਹ ਤੁਹਾਡਾ ਐਡਰੈਸ ਉਹ ਲਿਖਣਾ ਪਿੰਡ ਗਹਿਰੀ ਬੂਟਰ ਬਠਿੰਡਾ ਵਿਖੇ ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਅਸੀਂ ਹੱਥਾਂ ਦੀਆਂ ਤਲੀਆਂ 'ਤੇ ਮੋਹ ਦੇ ਦੀਵੇ ਬਾਲ ਕੇ ਤੁਹਾਡਾ ਅੱਡੀਆਂ ਚੁੱਕ ਚੁੱਕ ਕੇ ਸ਼ਿੱਦਤ ਨਾਲ ਇੰਤਜ਼ਾਰ ਕਰਾਂਗੇ ਠੀਕ ਹੈ ਇਹ ਲਾਈਨ ਵੀ ਤੁਸੀਂ ਆਪਣੇ ਕੋਲੋਂ ਜਿਵੇਂ ਮਰਜ਼ੀ ਲਿਖ ਸਕਦੇ ਹੋ ਅੱਗੇ ਪ੍ਰੋਗਰਾਮ ਦੇਣਾ ਮਿਤੀ ਆ ਗਈ ਜਿਹੜੀ ਮਰਜ਼ੀ ਲਿਖੋ ਤੁਸੀਂ ਪਹਿਲਾਂ ਆਪਾਂ ਪਾਠ ਕਰਵਾਉਂਦੇ ਹੁੰਦੇ ਹਾਂ ਠੀਕ ਹੈ ਮਤਲਬ ਕਿ ਜਿਸ ਦਿਨ ਮੇਲ ਹੁੰਦਾ ਉਸ ਦਿਨ ਪਾਠ ਹੁੰਦਾ ਪਾਠ ਦਾ ਤੁਸੀਂ ਆਪਣਾ ਵੇਰਵਾ ਦੇਖ ਸਕਦੇ ਹੋ ਸਧਾਰਨ ਪਾਠ ਦਾ ਭੋਗ 10 ਵਜੇ ਠੀਕ ਆ ਸ਼ਗਨ ਫਿਰ 10:30 ਪੈਣਾ ਚਾਹ ਪਾਰਟੀ 11 ਵਜੇ ਠੀਕ ਹੈ ਫਿਰ ਬਰਾਤ 2 ਦਸੰਬਰ ਨੂੰ ਰਵਾਨਗੀ ਬਰਾਤ ਦੀ ਕਦੋਂ ਹੋਣੀ ਆ 9 ਵਜੇ ਸਵੇਰੇ ਠੀਕ ਹੈ ਉਡੀਕਵਾਨ ਸਮੂਹ ਪਰਿਵਾਰ ਸੰਪਰਕ ਅੱਗੇ ਤੁਸੀਂ ਡੈਸ਼ ਡੈਸ਼ ਪਾ ਕੇ ਜਿਹੜੇ ਕਿ ਆਪਣਾ ਫੋਨ ਨੰਬਰ ਦੇ ਦੇਣਾ ਉਸ ਤੋਂ ਅਗਲਾ ਹੈਗਾ ਧੀ ਦਾ ਜਨਮ ਦਿਨ ਮਨਾਉਣਾ ਸਰਦਾਰਨੀ ਮਨਜਿੰਦਰ ਕੌਰ ਅਤੇ ਸਰਦਾਰ ਜਾਦਵਿੰਦਰ ਸਿੰਘ ਆਪਣੇ ਕੋਲੋਂ ਨੇਮ ਲਿਖਣੇ ਨੇ ਠੀਕ ਹੈ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਨ ਕਿ ਉਹ ਆਪਣੀ ਧੀ ਮਨਰੂਪ ਕੌਰ ਦਾ ਜਨਮ ਦਿਨ 28 ਨਵੰਬਰ 2024 ਠੀਕ ਹੈ ਨੂੰ ਪਿੰਡ ਸਰਾਵਾਂ ਜ਼ਿਲ੍ਹਾ ਫਰੀਦਕੋਟ ਆਪਣੇ ਕੋਲੋਂ ਐਡਰੈਸ ਆਪਣੇ ਕੋਲੋਂ ਨੇਮ ਸਿਰਫ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਲਿਖਣਾ ਕਿਵੇਂ ਹੈ ਠੀਕ ਹੈ ਆਪਣੇ ਕੋਲੋਂ ਨੇਮ ਆਪਣੇ ਕੋਲੋਂ ਪਿੰਡ ਦਾ ਨੇਮ ਜ਼ਿਲ੍ਹਾ ਆਪਣੇ ਕੋਲੋਂ ਜੋ ਮਰਜ਼ੀ ਲਿਖ ਸਕਦੇ ਹੋ ਡੇਟ ਜਿਹੜੀ ਮਰਜ਼ੀ ਲਿਖ ਸਕਦੇ ਹੋ ਪ੍ਰੋਗਰਾਮ ਦੀ ਟਾਈਮਿੰਗ ਵੀ ਆਪਣੇ ਕੋਲੋਂ ਜਿਹੜੀ ਮਰਜ਼ੀ ਲਿਖ ਸਕਦੇ ਬਸ ਤੁਹਾਨੂੰ ਢੰਗ ਆਉਣਾ ਚਾਹੀਦਾ ਕਿ ਸਟਾਰਟਿੰਗ ਕਿਵੇਂ ਕਰਨੀ ਹੈ ਜਿਵੇਂ ਸਰਦਾਰਨੀ ਲਿਖ ਕੇ ਫਿਰ ਨੇਮ ਪਹਿਲਾਂ ਠੀਕ ਹੈ ਫੀਮੇਲ ਨੇਮ ਆਊਗਾ ਫਿਰ ਮੇਲ ਨੇਮ ਆਊਗਾ ਬਸ ਇਹ ਯਾਦ ਰੱਖਣਾ ਜ਼ਿਲ੍ਹਾ ਫਰੀਦਕੋਟ ਵਿਖੇ ਮਨਾਉਣ ਜਾ ਰਹੇ ਹਨ ਆਪ ਜੀ ਨੂੰ ਇਸ ਦਿਨ ਸ਼ਾਮੀ 4 ਵਜੇ ਪਰਿਵਾਰ ਸਮੇਤ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ ਤੁਸੀਂ ਇੱਥੇ ਐਡਰੈਸ ਵੀ ਲਿਖ ਸਕਦੇ ਹੋ ਤੁਸੀਂ ਕਿਤੇ ਕਿਸੇ ਪੈਲਸ ਵਗੈਰਾ 'ਚ ਮਨਾਉਣਾ ਜਾਂ ਕਿਸੇ ਹੋਟਲ ਵਗੈਰਾ 'ਤੇ ਮਨਾਉਣਾ ਤੁਸੀਂ ਉਹ ਵੀ ਇੱਥੇ ਵੇਰਵਾ ਦੇਖ ਸਕਦੇ ਹੋ ਨੋਟ ਸਾਡੇ ਲਈ ਤੁਹਾਡੇ ਦਰਸ਼ਨ ਹੀ ਉਪਹਾਰ ਕੀ ਤੋਹਫੇ ਹੋਣਗੇ ਵੀ ਜੇ ਤੁਸੀਂ ਦਰਸ਼ਨ ਦੇ ਤਾਂ ਸਾਡੇ ਲਈ ਤਾਂ ਉਹੀ ਤੋਹਫੇ ਹੋਣਗੇ ਹੋਰ ਕਿਸੇ ਤਰ੍ਹਾਂ ਦਾ ਤੋਹਫਾ ਲਿਆਉਣ ਦੀ ਖੇਚਲ ਨਾ ਕਰਨਾ ਅੱਗੇ ਹੈਗਾ ਬੇਟੀ ਦੀ ਲੋਹੜੀ ਦਾ ਸੱਦਾ ਪੱਤਰ ਦੇਣਾ ਲੋਹੜੀ ਮਨਾਉਣ ਲਈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਸਰਦਾਰਨੀ ਇਹ ਦੇਖੋ ਸਾਰਿਆਂ 'ਚ ਸਰਦਾਰਨੀ ਪਹਿਲਾਂ ਲਿਖਣਾ ਠੀਕ ਹੈ ਅਤੇ ਸਰਦਾਰ ਮਹਿੰਦਰ ਸਿੰਘ ਪ੍ਰਸੰਨਤਾ ਸਹਿਤ ਖੁਸ਼ੀ ਨਾਲ ਇਹ ਸੂਚਿਤ ਕਰਨਾ ਚਾਹੁੰਦੇ ਹਨ ਕਿ ਉਹਨਾਂ ਦੇ ਘਰ ਪੁੱਤਰੀ ਸੁਖਮੀਤ ਕੌਰ ਦੀ ਪਹਿਲੀ ਲੋਹੜੀ ਮਿਤੀ 13 ਜਨਵਰੀ 2024 ਨੂੰ ਮਨਾਈ ਜਾਣੀ ਹੈ ਆਪ ਜੀ ਨੂੰ ਸ਼ਾਮ 5 ਵਜੇ ਪਰਿਵਾਰ ਸਹਿਤ ਸਾਡੇ ਘਰ ਵਿਖੇ ਪਹੁੰਚਣ ਲਈ ਬੇਨਤੀ ਹੈ ਰਾਤ ਦਾ ਖਾਣਾ ਠੀਕ 8 ਵਜੇ ਹੋਵੇਗਾ
ਬੇਨਤੀ ਕਰਤਾ ਮਹਿੰਦਰ ਸਿੰਘ, ਮਕਾਨ ਨੰਬਰ, ਵਾਰਡ ਨੰਬਰ 2, ਠੀਕ ਹੈ, ਸ਼੍ਰੀ ਅੰਮ੍ਰਿਤਸਰ ਸਾਹਿਬ। ਹਾਂਜੀ, ਤੁਸੀਂ ਇੱਥੇ ਆਪਣਾ ਜਿਹੜਾ ਮਰਜ਼ੀ ਮਕਾਨ ਨੰਬਰ ਪਾਓ, ਵਾਰਡ ਨੰਬਰ ਪਾਓ ਅਤੇ ਜ਼ਿਲ੍ਹਾ ਜਿਹੜਾ ਮਰਜ਼ੀ ਪਾਓ। ਸੋ ਇਹ ਸੀ ਤੁਹਾਡੇ ਸੱਦਾ ਪੱਤਰ। ਥੈਂਕਸ।